Kia, Cat, Onye Rakhia, Hit It, Aur Onye Shupaya, This Day, Ena Dina Delay, For This Day, Ena Samya Delay, Jesus Christ said, Yeshu Ne Kaha, I Will Not Leave You, Main Tonu Nath Nahi Chhadanga, I Will Not Forsake You, Main Tonu Tyaganga Nahi, Amen, 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 God, Khuda, Has His Let the Bride, Onye Ekar Chuni Hoi Dulhan Nu Rakhia, Amen, Amen, I want to read one verse because there's people on earth. There are those chosen ones on earth that you were born because not the will of man. ਤੁਸੀਂ ਮਨੁੱਖ ਦੀ ਇੱਛਾ ਨਾਲ ਪੈਦਾ ਨਹੀਂ ਹੋਏ ਨਾ ਦ ਵਿਲ ਆਫ ਫਲੈਸ਼ ਤੁਸੀਂ ਸ਼ਰੀਰ ਦੀ ਇੱਛਾ ਨਾਲ ਪੈਦਾ ਨਹੀਂ ਹੋਏ ਬਟ ਬਿਕਾਜ਼ ਆਫ ਦ ਵਿਲ ਆਫ ਗੋਡ ਆਮੇਨ ਖੁਦਾ ਦੀ ਇੱਛਾ ਨਾਲ ਪੈਦਾ ਹੋਏ ਆਮੇਨ ਦੈਟਸ ਦ ਬ੍ਰਾਈਡ ਔਰ ਜੋ ਖੁਦਾਵੰਦ ਦੀ ਇੱਛਾ ਨਾਲ ਪੈਦਾ ਹੋਏ ਆਮੇਨ ਉਹੀ ਦੁਲਹਨ ਹੈ ਆਮੇਨ ਵੀ ਆਰ ਦ ਬਲੇਸਡ ਪੀਪਲ ਅਸੀਂ ਮੁਬਾਰਕ ਲੋਕ ਹਾਂ ਵੀ ਆਰ ਲਵਡ We are loved. ਅਸੀਂ ਪਿਆਰ ਕੀਤੇ ਗਏ ਸਾਨੂੰ ਪਿਆਰ ਦਿੱਤਾ ਗਿਆ God's been good to us. ਖੁਦਾ ਨੇ ਸਾਨੂੰ ਆਪਣਾ ਪਿਆਰ ਦਿੱਤਾ God's been good to you. ਔਰ ਖੁਦਾ ਤੁਹਾਡੇ ਨਾਲ ਭਲਾ ਹੈ Amen. People of Punjab. ਪੰਜਾਬ ਦੇ ਲੋਕੋ People of India. ਭਾਰਤ ਦੇ ਲੋਕੋ that he took us out of the denominations. ਉਹਨੇ ਤੁਹਾਨੂੰ ਮਿਸ਼ਨਾਂ ਵਿੱਚੋਂ ਬਾਹਰ ਕੱਢ ਲਿਆ Hallelujah. Amen. Made by man. ਔਰ ਉਹਨਾਂ ਸਿੱਖਿਆਵਾਂ ਦੇ ਵਿੱਚੋਂ ਅਕੀਦਿਆਂ ਵਿੱਚੋਂ ਬਾਹਰ ਕੱਢ ਲਿਆ ਜੋ ਮਨੁੱਖ ਦੁਆਰਾ ਬਣਾਏ ਗਏ ਆਮੇਨ ਸੋ ਦੈਟ ਪਿਓਰ ਵਰਡ ਔਰ ਉਹਨੇ ਤੁਹਾਨੂੰ ਸ਼ੁੱਧ ਵਚਨ ਦਿੱਤਾ ਹੈ ਸੋ ਯੂ ਗੈਟ ਬੀ ਸਟਰੋਂਗ ਐਂਡ ਕੋਰੇਜਸ ਤਾਂ ਕਿ ਅਸੀਂ ਮਜ਼ਬੂਤ ਤੇ ਤਗੜੇ ਹੌਸਲੇ ਵਾਲੇ ਹੋ ਜਾਈਏ ਆਮੇਨ ਬਿਕਾਜ਼ ਕਿਉਂਕਿ ਜੋਸ਼ੂਆ ਹੈਡ ਟੂ ਬੀ ਸਟਰੋਂਗ ਐਂਡ ਕੋਰੇਜਸ ਉਹਨੂੰ ਤਗੜਾ ਹੋਣਾ ਤੇ ਹੌਸਲੇ ਵਾਲਾ ਹੋਣਾ ਪੈਣਾ ਸੀ ਐਂਡ ਦ ਲਾਰਡ ਔਰ ਪ੍ਰਭੂ with William Marion Branham ਜੋ ਵਿਲੀਅਮ ਰੈਮ ਮੈਰੀਅਨ ਬ੍ਰਾਨਹਮ ਦੇ ਨਾਲ ਸੀ came as Joshua ਔਰ ਉਹ ਜੋਸ਼ੂਆ ਦੀ ਤਰ੍ਹਾਂ ਆਇਆ so the bride ਔਰ ਦੁਲਹਨ got to be strong and courageous ਔਰ ਦੁਲਹਨ ਨੂੰ ਹੁਣ ਮਜ਼ਬੂਤ ਹੋਣਾ ਪੈਣਾ ਹੈ you cannot look back ਤੁਸੀਂ ਹੁਣ ਵਾਪਸ ਨਹੀਂ ਦੇਖ ਸਕਦੇ you cannot look to the left ਤੁਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਦੇਖ ਸਕਦੇ ਜੋ ਤੁਸੀਂ ਛੱਡ ਆਏ ਹੋ you cannot look to the right ਤੁਸੀਂ ਹੁਣ ਸੱਜੇ ਖੱਬੇ ਨਹੀਂ ਵੇਖ ਸਕਦੇ you got to march forward ਤੁਹਾਨੂੰ ਅੱਗੇ ਹੀ ਵਧਣਾ ਪੈਣਾ ਹੈ ਆਮੇਨ ਹalleluya ਆਮੇਨ ਆਮੇਨ ਐਂਡ ਔਰ ਆਦਮ ਐਂਡ ਯੂ ਹੈਵ ਔਰ ਤੁਸੀਂ the word of god ਤੁਹਾਡੇ ਕੋਲ ਖੁਦਾ ਦਾ ਵਚਨ ਹੈ you have to march forward ਤੁਹਾਨੂੰ ਅੱਗੇ ਵਧਣਾ ਪੈਣਾ ਹੈ with the word of god ਖੁਦਾਵੰਦ ਦੇ ਵਚਨ ਨੂੰ ਪੜੋ ਆਮੇਨ Yes. With the word of God. ਖੁਦਾਵੰਦ ਦੇ ਵਚਨ ਨੂੰ ਵੇਖੋ. The word of God. ਖੁਦਾਵੰਦ ਦਾ ਵਚਨ is a sword. ਇਹ ਤਲਵਾਰ ਹੈ. ਇਹਦੇ ਨਾਲ ਤੁਸੀਂ ਅੱਗੇ ਵਧ ਸਕਦੇ ਹੋ. ਔਰ ਤੁਸੀਂ ਇਹਦੇ ਨਾਲ ਨਾਸ਼ ਕਰ ਸਕਦੇ ਹੋ. Amen. Thus say the Lord. Amen. Jehovah. Amen. ਜੇਤੂ ਹੈ ਇਟ ਇਸ ਰਿਟਨ ਇਹ ਜੇ ਪਾ ਚੁੱਕਾ ਹੈ ਗੋਡ ਖੁਦਾ ਟੇਕ ਟੂ ਹਿਸ ਬ੍ਰਾਈਡ ਔਰ ਉਹਨੇ ਆਪਣਾ ਵਚਨ ਆਪਣੀ ਦੁਲਹਨ ਨੂੰ ਦਿੱਤਾ ਹੈ ਹਿਸ ਵਰਡ ਉਹਨੇ ਆਪਣਾ ਵਚਨ ਦਿੱਤਾ ਹੈ ਦ ਸੋਰਡ ਆਫ ਦ ਕਿੰਗ ਔਰ ਉਹ ਮਹਾਰਾਜਾ ਦੀ ਤਲਵਾਰ ਆਮੇਨ ਆਮੇਨ ਬ੍ਰਦਰ ਬ੍ਰੈਨਹਮ ਇਨ ਦ ਮਾਊਂਟਨ ਔਰ ਉਸ ਪਹਾੜ ਉਤੇ ਸਬੀਨੋ ਕੈਨੀਅਨ ਦੇ ਉਤੇ ਬਾਈ ਗੋਡਸ ਗ੍ਰੇਸ ਖੁਦਾਵੰਦ ਦੀ ਕਿਰਪਾ ਦੇ ਨਾਲ ਬ੍ਰਦਰ ਹਿਊਗੋ ਟੁਕ ਮੀ ਥੇਰ ਔਰ ਭਾਈ ਹੁਗੋ ਨੇ ਇਸ ਮੈਸੇਜ ਨੂੰ ਲਿਆ ਐਗਜ਼ੈਕਟਲੀ ਇਨ ਦ ਪਲੇਸ ਉਸ ਜਗ੍ਹਾ ਦੇ ਉਤੇ ਵੇਅਰ ਦ ਸੋਰਡ ਫਾਲਡ ਇਨ ਵਿਲੀਅਮ ਮੈਰੀ ਬ੍ਰਾਹਮਸ ਹੈਂਡ ਜਦੋਂ ਵਿਲੀਅਮ ਬ੍ਰਾਹਮ ਦੇ ਹੱਥ ਵਿੱਚ ਉਹ ਤਲਵਾਰ ਦੇ ਦਿੱਤੀ ਗਈ ਐਂਡ ਬ੍ਰਦਰ ਬ੍ਰਾਹਮ ਸੇਡ ਔਰ ਭਾਈ ਬ੍ਰਾਹਮ ਨੇ ਕਿਹਾ ਵੇਅਰ ਇਜ਼ ਥਿਸ ਉਹਨੇ ਕਿਹਾ ਇਹ ਕੀ ਹੈ ਐਂਡ ਹੀ ਇਜ਼ ਐਂਡ ਗੋਡ ਟੋਲਡ them ਔਰ ਖੁਦਾ ਨੇ ਉਹਨੂੰ ਦੱਸਿਆ ਦੈਟ ਇਜ਼ ਦ ਸੋਰਡ ਆਫ ਦ ਕਿੰਗ ਇਹ ਮਹਾਰਾਜਾ ਦੀ ਤਲਵਾਰ ਹੈ ਦੁਲਹਨ ਦੇ ਬਲੀਵ ਦ ਮੈਸੇਜ ਉਹਨੇ ਵਚਨ ਦਾ ਵਿਸ਼ਵਾਸ ਕਰ ਲਿਆ ਹੈਸ ਦ ਸੋਰਡ ਆਫ ਦ ਕਿੰਗ ਔਰ ਦੁਲਹਨ ਜਿਨੇ ਮੈਸੇਜ ਦਾ ਵਿਸ਼ਵਾਸ ਕੀਤਾ ਹੁਣ ਇਹਦੇ ਕੋਲ ਮਹਾਰਾਜਾ ਦੀ ਆਮੇਨ ਆਮੇਨ ਸਾਡੇ ਕੋਲ ਬੋਲਿਆ ਹੋਇਆ ਵਚਨ ਹੈ
brought by an angel. ਸਾਡੇ ਕੋਲ ਇਹ ਸੰਦੇਸ਼ ਇੱਕ ਦੂਤ ਦੁਆਰਾ ਲਿਆਂਦਾ ਗਿਆ ਹੈ ਆਮੀਨ ਆਮੀਨ ਵੇਨ ਦ ਟਾਈਮ ਆਫ ਦ ਈਗੋ ਅਸੀਂ ਉਕਾਬ ਦੇ ਦਿਨਾਂ ਵਿੱਚ ਹਾਂ ਆਮੀਨ ਇਟ ਟਾਈਮ ਇਹ ਸਮਾਂ ਹੈ ਟੂ ਅਟੈਕ ਕਿ ਅਸੀਂ ਹਮਲਾ ਕਰੀਏ ਐਂਡ ਟੂ ਈਟ ਆਮੀਨ ਤਾਂ ਕਿ ਅਸੀਂ ਉਹਨੂੰ ਪਕੜ ਲਈਏ ਟੂ ਈਟ ਤਾਂ ਕਿ ਅਸੀਂ ਖਾ ਲਈਏ ਆਮੀਨ ਫ੍ਰੈਸ਼ ਮੀਟ ਆਮੀਨ ਤਾਜ਼ਾ ਮਾਸ ਆਮੀਨ ਫ੍ਰੈਸ਼ ਮੀਟ ਤਾਜ਼ਾ ਮਾਸ ਫ੍ਰੈਸ਼ ਮੈਨਾ And the people of Israel, Israel de log, if they ate yesterday's manna, jekar Israel de log kal da khana kha lende, it was contaminated. Eh ohna nu bimar kar dinda, maar dinda. It would kill them. Eh ohna nu maar dinda. So the bride, is lai dulhan, the ego, ukab has fresh meat. Taaja meat hai. Hallelujah. The same way, ਉਸੇ ਤਰੀਕੇ ਨਾਲ Satan came, ਸ਼ੈਤਾਨ ਆਉਂਦਾ ਹੈ in the Garden of Eden.